ਜਿਹੜੇ ਗਾਇਕ ਨੇ ਅੱਜ ਕੱਲ੍ਹ ਪੰਜਾਬੀ ਗਾਇਕ ਗਾਇਕਾਵਾਂ ਜਿਹੜੇ ਨੇ ਜਿਨ੍ਹਾਂ ਨੂੰ ਮਤਲਬ ਮਿਊਜ਼ਿਕ ਦੀ ਬਹੁਤ ਹੀ ਸਮਝ ਨਹੀਂ, ਉਹ ਰਾਤੋ ਰਾਤ ਸਟਾਰ ਬਣਨ ਦੀ ਕੋਸ਼ਿਸ਼ ਕਰਦੇ ਆ, ਅਤੇ ਮੇਰੇ ਖਿਆਲ ਦੇ ਵਿੱਚ ਉਹਨਾਂ ਦੇ ਵਿੱਚੋਂ ਬਹੁਤੇ ਕਾਮਯਾਬ ਹੁੰਦੇ ਆ, ਥੋੜ੍ਹੇ ਬਹੁਤੇ ਹੁੰਦੇ ਨੇ ਬਾਅਦ ਦੇ ਵਿੱਚ ਉਹ ਮਤਲਬ ਫੇਡ ਆਊਟ ਹੋ ਜਾਂਦੇ ਨੇ। ਮੈਨੂੰ ਇੱਥੇ ਇੱਕ ਦੋ ਕੁ ਲਾਈਨਾਂ ਯਾਦ ਆ ਰਹੀਆਂ ਨੇ, ਜੇ ਠੀਕ ਮੇਰੇ ਦਿਮਾਗ 'ਚੋਂ ਆ ਜਾਣ। ਇੱਕ ਮੈਂ ਪੜ੍ਹਿਆ ਸੀ ਕਿਤੇ ਕਿ ਮੈਂ ਡਰਦੀ ਹੋਈ ਹੁਣ ਕਦੇ ਜਸ਼ਨਾਂ ਵਿੱਚ ਸ਼ਾਮਿਲ ਨਹੀਂ ਹੁੰਦੀ, ਮੈਂ ਡਰਦੀ ਹੋਈ ਹੁਣ ਕਦੇ ਜਸ਼ਨਾਂ ਵਿੱਚ ਸ਼ਾਮਿਲ ਨਹੀਂ ਹੁੰਦੀ, ਕਿਤੇ ਮੈਂ ਸ਼ੋਖ ਰੰਗਾਂ ਵਿੱਚ ਉਤਰ ਕੇ ਗਰਕ ਨਾ ਜਾਵਾਂ। ਐਡਮਿੰਟਨ ਸ਼ਹਿਰ ਦੇ ਵਿੱਚ ਮਾਡਲ ਫਰਨੀਚਰ ਵਾਲਿਆਂ ਵੱਲੋਂ ਖੋਲ ਦਿੱਤਾ ਗਿਆ ਹੈ ਬਿਗ ਬੋਸ ਫਰਨੀਚਰ ਐਂਡ ਅਪਲਾਈਐਂਸਿਸ। ਮਾਡਲ ਹੋਮ ਫਰਨਿਸ਼ਿੰਗ ਤੋਂ ਮਾਡਲ ਫਰਨੀਚਰ ਨਹੀਂ, ਬਿਗ ਬੋਸ। ਕੰਗ੍ਰੈਚੁਲੇਟ ਬਿਗ ਬੋਸ ਔਨ ਦੇਅਰ ਗ੍ਰੈਂਡ ਓਪਨਿੰਗ। ਬਿਗ ਬੋਸ ਬਹੁਤ ਹੀ ਲੋ ਪ੍ਰਾਈਸਿਸ ਨੇ। ਫਰਨੀਚਰ ਸੀਮਸ ਐਕਸਲੈਂਟ। ਅੰਡਰ ਵਨ ਰੂਫ ਯੂ ਕੈਨ ਐਕਚੁਅਲੀ ਕੰਪਲੀਟ ਯੋਰ ਹੋਲ ਹਾਊਸ, ਫਰਨੀਚਰ, ਬਲਾਈਂਡਸ ਐਂਡ ਅਪਲਾਈਐਂਸਿਸ। ਇਸ ਸਟੋਰ ਦੀ ਗ੍ਰੈਂਡ ਓਪਨਿੰਗ ਦਾ ਫਾਇਦਾ ਉਠਾਉਣ ਲਈ ਅੱਜ ਹੀ ਚੱਲੇ ਆਓ 99th ਸਟਰੀਟ ਤੇ ਵਾਈਟ ਮਾਰਟ ਦੀ ਕਾਰਨਰ ਤੇ, 4220 99th ਸਟਰੀਟ ਤੇ, ਫੋਨ ਨੰਬਰ 7804304346। ਦੋਸਤੋ ਅੱਜ ਦਾ ਇਹ ਪ੍ਰੋਗਰਾਮ ਸਮਾਪਤ ਕਰਨ ਤੋਂ ਪਹਿਲਾਂ ਇੱਕ ਵਾਰ ਫੇਰ ਆਪ ਸਭ ਨੂੰ ਯਾਦ ਕਰਵਾਉਣਾ ਚਾਹੁੰਦਾ ਹਾਂ ਕਿ ਸਿੱਖ ਫੈਡਰੇਸ਼ਨ ਆਫ ਐਡਮਿੰਟਨ ਵੱਲੋਂ ਆਪਣਾ 19ਵਾਂ ਸਾਲਾਨਾ ਟੂਰਨਾਮੈਂਟ ਤੇ ਸੱਭਿਆਚਾਰਕ ਮੇਲਾ ਆਉਂਦੀ 31 ਜੁਲਾਈ ਤੇ 1 ਅਗਸਤ ਨੂੰ ਮਿਲਵੁੱਡਸ ਰੈਕ ਸੈਂਟਰ ਦੀਆਂ ਗਰਾਊਂਡ ਦੇ ਵਿੱਚ ਕਰਵਾਇਆ ਜਾ ਰਿਹਾ ਹੈ। ਇਸ ਟੂਰਨਾਮੈਂਟ ਬਾਰੇ ਜਾਂ ਸੱਭਿਆਚਾਰਕ ਮੇਲੇ ਬਾਰੇ ਤੁਹਾਨੂੰ ਕੋਈ ਵੀ ਜਾਣਕਾਰੀ ਚਾਹੀਦੀ ਹੋਵੇ ਤਾਂ ਤੁਸੀਂ ਸਕਰੀਨ ਤੇ ਆਉਂਦੇ ਨੰਬਰਾਂ ਤੇ ਫੋਨ ਕਰ ਸਕਦੇ ਹੋ। ਅਗਲੇ ਹਫਤੇ ਇਸੇ ਚੈਨਲ ਤੇ ਇਸੇ ਟਾਈਮ ਫਿਰ ਮਿਲਦੇ ਹਾਂ। ਉਦੋਂ ਤੱਕ ਰੱਬ ਰਾਖਾ। ਰੱਖੀ ਪਿਆਰ ਵਾਲੀ ਤੰਦ ਚੰਨਾ ਜੋੜ ਕੇ, ਜਾਵੀ ਦੂਰ ਨਾ ਤੂੰ ਸਾਥੋਂ ਮੁਖ ਮੋੜ ਕੇ, ਅੱਖੀਆਂ ਚ ਵਸ ਸਜਣਾ ਹਏ, ਅੱਖੀਆਂ ਚ ਵਸ ਸਜਣਾ। ਪਲ ਵੀ ਜੁਦਾਈ ਸਾਥੋਂ ਚੱਲੀ ਨਹੀਂ ਉਹ ਜਾਣੀ ਵੇ, ਯਾਦ ਤੇਰੀ ਮਿਹਰਬਾਨਾ ਭੁਲਾਈ ਸਾਥੋਂ ਜਾਣੀ ਵੇ, ਪਲ ਵੀ ਜੁਦਾਈ ਸਾਥੋਂ ਚੱਲੀ ਨਹੀਂ ਉਹ ਜਾਣੀ ਵੇ, ਯਾਦ ਤੇਰੀ ਮਿਹਰਬਾਨਾ ਭੁਲਾਈ ਸਾਥੋਂ ਜਾਣੀ ਵੇ, ਭੁਲਾਈ ਸਾਥੋਂ ਜਾਣੀ ਵੇ। ਸਾਰਾ ਦਿਨ ਤੇਰੇ ਰਾਹ ਚ ਖਲੋਨੇ।